ਅੱਜ ਆਪਾਂ ਸਾਰੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਛੇਵੇਂ ਗੁਰੂ ਚਰਨ ਛੋਹ ਪ੍ਰਾਪਤ ਧਰਤੀ ਉਹਨਾਂ ਦੇ ਉੱਤੇ ਕੁਰਕਸ਼ੇਤਰ ਬੈਠੇ ਹਾਂ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਡੇ ਐਲਾਨ ਨੇ, ਸਾਡੇ ਜਿੰਨੇ ਸਕੂਲ ਕਾਲਜ ਨੇ ਬੱਚਿਆਂ ਨੂੰ, ਬੱਚਿਆਂ ਦੇ ਮਾਂ ਪਿਓ ਗੁਰਸਿੱਖ, ਔਰ ਬੱਚਾ ਜਿਹੜਾ ਗੁਰਸਿੱਖ ਹੋਵੇਗਾ ਉਹਦੀ ਅੰਮ੍ਰਿਤਧਾਰੀ ਹੋਵੇਗਾ, ਉਹਦੀਆਂ ਫੀਸਾਂ ਮਾਫ਼ ਹੋਣਗੀਆਂ, ਉਹਦੀ ਫੀਸ ਨਹੀਂ ਲੱਗੇਗੀ ਕਾਲਜ ਦੇ ਸਕੂਲਾਂ ਦੇ ਵਿੱਚ। ਸਾਡਾ ਇਹ ਵੱਡਾ ਐਲਾਨ ਹੈ ਹਰਿਆਣਾ ਕਮੇਟੀ ਦਾ। ਕੱਲ੍ਹ ਹੀ ਪੰਜੋਖਰਾ ਸਾਹਿਬ ਦੇ ਵਿੱਚ ਅੰਮ੍ਰਿਤਧਾਰੀ ਬੱਚਿਆਂ ਨੂੰ ਵਜ਼ੀਫੇ ਵੰਡੇ ਗਏ ਨੇ। ਸਾਡਾ ਐਲਾਨ ਕਰਦੇ ਅਸਾਂ ਨਾਲ ਦੇ ਨਾਲ ਅਮਲ 'ਤੇ ਵੀ ਲਿਆਂਦਾ ਹੈ। ਇਹ ਅੱਜ 4 ਦਿਨ ਪਹਿਲੋਂ ਐਲਾਨ ਨਾਢਾ ਸਾਹਿਬ ਫੈਸਲਾ ਕੀਤਾ ਸੀ ਅਤੇ ਉਹਦਾ ਅਮਲ ਵੀ ਅਸਾਂ ਕੱਲ੍ਹ ਕਰਤਾ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੱਲ੍ਹ ਯਾਤਰੂਆਂ ਵਾਸਤੇ ਪੰਜੋਖਰਾ ਸਾਹਿਬ ਕਮਰਿਆਂ ਦੀ ਘਾਟ ਵੇਖ ਕੇ, ਯਾਤਰੂ ਜ਼ਿਆਦਾ ਹੁੰਦੇ ਸਨ, ਰਿਹਾਇਸ਼ ਕਮ ਸੀ, ਬੜੀ ਵਧੀਆ 50 ਕਮਰੇ 4 ਹਾਲ ਪੰਜੋਖਰਾ ਸਾਹਿਬ ਕੰਮ ਸ਼ੁਰੂ ਕਰਤਾ ਕੱਲ੍ਹ ਦਾ। ਇਸੇ ਤਰ੍ਹਾਂ ਹੀ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਗੁਰਦੁਆਰੇ ਦੇ ਵਿੱਚ ਛੋਟਾ ਹਾਲ ਬਣਾਉਣ ਵਾਸਤੇ ਜਿੱਥੇ ਫੇਰੇ ਹੋ ਜਾਣ ਕਰਨ, ਕਿਸੇ ਖੰਡ ਪਾਠ ਧਰਨਾ ਹੋਵੇ ਤਾਂ ਧਰਿਆ ਜਾਏ, ਉਹਦੇ ਵਾਸਤੇ ਹਾਲ ਦਾ ਨੀਂਹ ਪੱਥਰ ਰੱਖਿਆ ਹੈ ਅਤੇ ਕੰਮ ਸ਼ੁਰੂ ਕਰਤਾ। ਇਸੇ ਤਰ੍ਹਾਂ ਹੀ ਗੁਰਦੁਆਰਾ ਬਾਦਸ਼ਾਹੀ ਬਾਗ ਲੰਗਰ ਹਾਲ ਦਾ ਨੀਂਹ ਪੱਥਰ ਬਾਬਾ ਜਗਤਾਰ ਸਿੰਘ ਜੀ, ਤਰਨ ਤਾਰਨ ਵਾਲੇ ਬਾਬਾ ਗੁਰਮੀਤ ਸਿੰਘ ਜੀ, ਕਾਰ ਸੇਵਾ ਵਾਲੇ ਹਰਿਆਣੇ ਦੇ ਇੰਚਾਰਜ, ਉੱਥੇ ਸਾਡੀ ਸਮੁੱਚੀ ਟੀਮ ਹਰਿਆਣਾ ਕਮੇਟੀ ਦੀ ਹਾਜ਼ਰ ਸੀ। ਕਵਲਜੀਤ ਸਿੰਘ ਜੀ ਜਰਾਣਾ ਜੋ ਸਾਡੇ ਪ੍ਰਵਕਤਾ ਨੇ, ਇਹ ਵੀ ਮੌਜੂਦਾ ਹਾਜ਼ਰ ਸਨ। ਹਰਿਆਣੇ ਦੇ ਵਿੱਚ ਕੱਲ੍ਹ ਕਾਫੀ ਜ਼ਿਆਦਾ ਕੰਮ ਹਰਿਆਣਾ ਕਮੇਟੀ ਨੇ ਨੀਂਹ ਪੱਥਰ ਰੱਖੇ ਨੇ, ਕੁਛ ਕੰਮ ਜਿਹੜੇ ਬਣੇ ਸਨ ਉਹਨਾਂ ਦੇ ਉਦਘਾਟਨ ਕੀਤੇ ਨੇ। ਨੇੜੇ ਸ਼ਾਹਪੁਰ ਦੇ ਵਿੱਚ ਸਾਡਾ ਭਵਨ ਹੈ ਜਿਹਦੇ ਵਿੱਚ ਪ੍ਰੈਸ ਲੱਗੀ ਹੈ। ਪਹਿਲੂ ਤਾਂ ਇੱਥੇ ਗੁਰੂ ਗ੍ਰੰਥ ਸਾਹਿਬ ਵੀ ਛਪਦੇ ਸਨ, ਹੁਣ ਸਾਡੀ ਛਪਾਈ ਸਿਰਫ ਲਿਟਰੇਚਰ ਦੀ ਹੁੰਦੀ ਹੈ, ਥੋੜ੍ਹੀ ਛਪਾਈ ਹੁੰਦੀ ਹੈ, ਛੋਟੀ ਮਸ਼ੀਨ ਹੈ। ਵੱਡੀਆਂ ਮਸ਼ੀਨਾਂ ਲਿਆ ਕੇ ਜਲਦੀ ਤੋਂ ਜਲਦੀ ਇੱਥੇ ਪੂਰਾ ਛਪਾਈ ਦਾ ਹਰਿਆਣੇ ਦਾ ਕੰਮ ਇੱਥੇ ਹੋਵੇ ਕਰੇਗਾ। ਜਿਹੜਾ ਯਾਤਰੂ ਅੰਮ੍ਰਿਤਸਰ ਤੋਂ ਆਉਂਦਾ ਹੈ, ਦਿੱਲੀ ਨੂੰ ਜਾਂਦਾ ਹੈ, ਉਹਨਾਂ ਦੇ ਵਾਸਤੇ ਇੱਕ ਵਧੀਆ ਸਰਾਂ ਦਾ ਕੰਮ ਛੇਤੀ ਸ਼ੁਰੂ ਕਰ ਦਿਆਂਗੇ। ਜਿਹੜੀ ਉੱਥੇ ਭਰਤੀ ਪਾਉਣ ਵਾਲੀ ਹੈ ਉਹ ਛੇਤੀ ਤੋਂ ਪਹਿਲੂ ਭਰਤੀ ਪਾਈ ਜਾਏਗੀ, ਸਾਰੇ ਕੰਮ ਮੁਕੰਮਲ ਕੀਤੇ ਜਾਣਗੇ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਿੱਖਾਂ ਦਾ ਭਾਈਚਾਰਾ ਦੀ ਕਮੇਟੀ ਹੈ, ਸਾਰੀ ਦੁਨੀਆ ਦੀ ਕਮੇਟੀ ਹੈ, ਹਰਿਆਣੇ ਦੇ ਸਿੱਖਾਂ ਦੀ ਕਮੇਟੀ ਹੈ, ਹਰਿਆਣੇ ਦੇ ਭਾਈਚਾਰੇ ਦੀ ਕਮੇਟੀ ਹੈ, ਇਹ ਭਾਈਚਾਰੇ ਨੂੰ ਨਾਲ ਲੈ ਕੇ ਚੱਲੇਗੀ। ਸਾਡਾ ਇਹ ਮਸਲਾ ਹੈ ਕਿ ਅਸੀਂ ਵਧੀਆ ਤੋਂ ਵਧੀਆ ਹਰਿਆਣੇ ਦੇ ਵਿੱਚ ਕੰਮ ਕਰੀਏ, ਜਦੋਂ ਵੀ ਸਾਨੂੰ ਆਵਾਜ਼ ਮਾਰੋ ਅਸੀਂ ਤੱਤ ਵੱਲ ਤੱਤ ਖੜ੍ਹੇ ਹਾਂ ਅਤੇ ਸਾਰੀ ਸਾਡੀ ਟੀਮ ਹਾਜ਼ਰ ਹੈ। ਅਤੇ ਵੀਰੋ, ਅਸੀਂ ਕਦੇ ਵੀ ਪਿਛਾ ਨਹੀਂ ਹਟਾਂਗੇ, ਧਰਮ ਦੇ ਕੰਮਾਂ ਤੋਂ, ਚੰਗੇ ਕੰਮਾਂ ਤੋਂ ਅਤੇ ਤੱਤ ਪਰ ਖੜ੍ਹੇ ਹਾਂ। ਛਪਾਈ ਤੋਂ ਛੋਟੀ ਹੁੰਦੀ ਸੀ, ਬਿਲਕੁਲ ਥੋੜ੍ਹੀ ਛਪਾਈ ਹੁੰਦੀ ਸੀ, ਪਰਚੀਆਂ ਪੁਰਚੀਆਂ ਛਪਦੀਆਂ ਸਨ, ਹੁਣ ਵੱਡੀ ਛਪਾਈ ਸ਼ੁਰੂ ਕਰ ਦਿਆਂਗੇ। 2 ਮਹੀਨਿਆਂ ਤੱਕ ਉੱਥੇ ਮਸ਼ੀਨਾਂ ਲੈ ਕੇ ਅਤੇ ਜਿਹੜੀ ਵੱਡੀ ਮਸ਼ੀਨ ਲਾ ਕੇ ਅਤੇ ਜਿਹੜੀ ਛਪਾਈ ਹੈ ਪੂਰੀ ਲਿਟਰੇਚਰ ਦੀ ਛਪਾਈ ਇੱਥੇ ਹੋਵੇ ਕਰੇਗੀ, ਜਿਹੜਾ ਧਾਰਮਿਕ ਲਿਟਰੇਚਰ ਸ਼ਬਦ ਹੈ ਉਹਦੀ ਛਪਾਈ ਇੱਥੇ ਹੋਵੇ ਕਰੇਗੀ ਅੰਬਾਲੇ ਦੇ ਵਿੱਚ। ਬੇਨਤੀ ਹੋ ਜਾਏਗੀ ਹਰਿਆਣਾ ਪ੍ਰਦੇਸ਼ ਕੇ ਜਿਤਨੇ ਹੈ ਅਤੇ ਇਹਨਾਂ ਦੀਆਂ ਫੀਸਾਂ ਮਾਫ਼ ਹੋਣਗੀਆਂ। ਸਾਡੇ 2 ਕਾਲਜ ਨੇ, 3 ਸਕੂਲ ਨੇ, ਉਹਨਾਂ ਦੀਆਂ ਫੀਸਾਂ, ਜਿਹੜੇ ਗੁਰਸਿੱਖ ਬੱਚੇ ਨੇ ਅੰਮ੍ਰਿਤਧਾਰੀ ਨੇ ਜਿਨ੍ਹਾਂ ਦਾ ਮਾਂ ਪਿਓ ਅੰਮ੍ਰਿਤਧਾਰੀ, ਉਹਨਾਂ ਦੀਆਂ ਫੀਸਾਂ ਮਾਫ਼ ਹੋਣ। ਉਪਰਾਲਾ ਇਹ ਉਪਰਾਲਾ ਉਹਨਾਂ ਵਾਸਤੇ ਇਹ ਉਪਰਾਲਾ ਕੀਤਾ ਹੈ ਵੀ ਇਹਨਾਂ ਨੂੰ ਵੇਖ ਕੇ ਉਹ ਵੀ ਗੁਰਸਿੱਖ ਬਣਨ ਅਤੇ ਉਹਨਾਂ ਪੜ੍ਹਾਈ ਦੇ ਸ਼ੌਂਕ ਹੋਵੇ ਪੜ੍ਹਨ ਅਤੇ ਪੜ੍ਹਾਈ ਦੇ ਵਿੱਚ ਆਉਣ ਅਤੇ ਨਸ਼ਿਆਂ ਤੋਂ ਦੂਰ ਹੋਣ। ਇਹ ਵੀ ਅਸੀਂ ਮੁਹਿੰਮ ਚਲਾਵਾਂਗੇ ਬੜੀ ਵੱਡੀ ਤਰ੍ਹਾਂ ਵੀ ਜਿਹੜੇ ਬੱਚੇ ਨਸ਼ਿਆਂ ਦੇ ਨਾ ਜਾਣ, ਪਤਤ ਨਾ ਹੋਣ, ਗੁਰਸਿੱਖ ਬਣਨ, ਇਹ ਵੀ ਸਾਡਾ ਟੀਚਾ ਹੈ। ਉਹਨਾਂ ਕੇਸ ਕੀਤਾ ਹੈ, ਇੱਧਰੋਂ ਵੀ ਕੇਸ ਹੋਇਆ, ਕੇਸ ਚੱਲਦਾ ਪਿਆ। ਮੈਂ ਤਾਂ ਪ੍ਰਧਾਨ ਹਾਂ ਨਾ, ਮੈਂ ਕਿਸੇ ਨੂੰ ਕੋਈ
ਮੈਂ ਤਾਂ ਦਾਦੂ ਆਹ ਨੂੰ ਚੇਅਰਮੈਨ ਮੈਂ ਕਿਸੇ ਨੂੰ ਚੇਅਰਮੈਨ ਮੈਂ ਕਿਸੇ ਨੂੰ ਵੀ ਦੇ ਸਕਦਾ, ਮੇਰਾ ਅਧਿਕਾਰ ਹੈ। ਜਾਨੀ ਕਿ ਇਜੈਕਟਿਵ ਕੰਮ ਨਹੀਂ ਕਰ ਸਕਦੀ, ਚੇਅਰਮੈਨ ਤਾਂ ਮੈਂ ਦੇ ਸਕਦਾ, ਇਜੈਕਟਿਵ ਨਹੀਂ ਕੰਮ ਕਰ ਸਕਦੀ ਜਿੰਨਾ ਚਿਰ ਕੋਰਟ 'ਚ ਕੇਸ, ਇਜੈਕਟਿਵ ਕੋਈ ਨਹੀਂ ਕੰਮ ਕਰ। ਪ੍ਰਧਾਨ ਜੀ ਉਹਨਾਂ ਕਿਹਾ ਕਿ ਸਟੇ ਲਗਾ ਦੀ ਹੈ ਤਾਂ ਫਿਰ ਕੈਸੇ ਲਿਖ ਸਕਦੇ ਹੈ? ਨਹੀਂ ਮੈਂ ਦੇ ਸਕਦਾ ਨਾ, ਮੈਂ ਤਾਂ ਸਟੇ ਕੋਈ ਨਹੀਂ, ਸਟੇ ਉਹਦੀ ਇਜੈਕਟਿਵ 'ਤੇ ਲੱਗਾ, ਜਿਹੜਾ ਇਜੈਕਟਿਵ ਮੈਂਬਰ ਹੈ ਨਾ ਉਹ 'ਤੇ ਸਟੇ, ਧਰਮ ਪ੍ਰਚਾਰ 'ਤੇ ਕੋਈ ਸਟੇ ਨਹੀਂ ਲਾ ਸਕਦਾ ਮੈਂ ਧਰਮ ਪ੍ਰਚਾਰ ਵਾਸਤੇ, ਪਰ ਜਾਨੀ ਇਜੈਕਟਿਵ ਦੇ ਵਾਸਤੇ ਮੈਂ ਮੀਟਿੰਗ ਨਹੀਂ ਕਰਾ ਸਕਦਾ। ਇਜੈਕਟਿਵ ਦੀ ਕਿਸੇ ਤੋਂ ਮੀਟਿੰਗ ਨਹੀਂ ਕਰਾ ਸਕਦਾ, ਕੇਸ ਚੱਲਦਾ ਪਿਆ, ਇਜੈਕਟਿਵ ਉਦੋਂ ਮੰਨੇ ਜਾਏ ਜਦੋਂ ਕੋਰਟ ਦਾ ਕੇਸ ਹਟ ਜਾਏ। ਧਰਮ ਪ੍ਰਚਾਰ ਵਾਸਤੇ ਬਹੁਤ ਤੇਜ਼ੀ ਨਾਲ ਦਾਦੂਵਾਲ ਸਾਹਿਬ ਨੂੰ ਚੇਅਰਮੈਨ ਬਣਾਇਆ ਹੈ ਤੇ ਬਹੁਤ ਤੇਜ਼ੀ ਨਾਲ ਕੰਮ ਕੀਤੇ ਜਾਣਗੇ। ਦਾਦੂਵਾਲ ਸਾਹਿਬ ਨੂੰ ਮੈਂ ਚੇਅਰਮੈਨ ਬਣਾ ਸਕਦਾ, ਮੈਂ ਕਿਸੇ ਨੂੰ ਵੀ ਬਣਾ ਸਕਦਾ, ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦਾ ਮੈਂ ਪ੍ਰਧਾਨ ਹਾਂ, ਮੈਂ ਉਹਨਾਂ ਨੂੰ ਧਰਮ ਪ੍ਰਚਾਰ ਦਾ ਚੇਅਰਮੈਨ ਬਣਾਇਆ ਬਲਜੀਤ ਸਿੰਘ ਦਾਦੂਵਾਲ ਸਾਹਿਬ ਨੂੰ, ਅਤੇ ਮੈਂ ਬਣਾ ਸਕਦਾ ਇਹ 'ਚ ਕੋਈ ਦਿੱਕਤ। ਸਿੱਖ ਉਹਨਾਂ ਦੇ ਆਖੇ ਲੱਗਦੇ ਨੇ, ਉਹਨਾਂ ਨੂੰ ਆਪ ਨਹੀਂ ਵੋਟ ਪਾਉਣੀਆਂ ਵਿਚਾਰੀਆਂ, ਉਹਨਾਂ ਕਿਸੇ ਨੂੰ ਕੀ ਪਾਉਣੀ ਆ? ਅਕਾਲੀ ਦਲ ਨੂੰ ਤਾਂ ਆਪਣੇ ਆਪ ਨੂੰ ਵੋਟ ਨਹੀਂ ਪੈਣੇ ਕੋਈ, ਅਕਾਲੀ ਦਲ ਦਾ ਤਾਂ ਪੰਜਾਬ 'ਚ ਬੁਰਾ ਹਾਲ ਹੈ, ਕੋਈ ਉਹਨਾਂ ਨੂੰ ਵੱਟੇ ਮਾਰਨ ਡਾ, ਕੋਈ ਪਿੰਡਾਂ 'ਚ ਨਹੀਂ ਵੜਨ ਦਿੰਦਾ। ਹਰਿਆਣਾ ਗੁਰਦੁਆਰਾ ਕਮੇਟੀ ਦਾ ਕੀ ਸਟੈਂਡ ਰਹੇਗਾ ਚੁਣਾਵ? ਹਰਿਆਣਾ 'ਚ ਬੜਾ ਵਧੀਆ ਸਟੈਂਡ ਰਹੇਗਾ, ਹਰਿਆਣਾ ਕਮੇਟੀ ਆਪਣੇ ਭਾਈ ਬਲਬੁੱਧੇ 'ਤੇ ਵਧੀਆ ਆਪਣਾ ਸਟੈਂਡ ਲਏਗੀ, ਇਹੋ ਜਿਹੀ ਗੱਲ ਨਹੀਂ, ਹਰਿਆਣਾ ਕਮੇਟੀ 'ਤੇ ਚੜ੍ਹਦੀ ਕਲਾ 'ਚ। ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।